ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਐਜੂਕੇਸ਼ਨ ਲੋਨ ਨੂੰ ਲੈ ਕੇ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਤੁਹਾਨੂੰ ਐਜੂਕੇਸ਼ਨ ਲੋਨ ਆਸਾਨੀ ਨਾਲ ਕਿਵੇਂ ਮਿਲ ਸਕਦਾ, ਤੁਹਾਨੂੰ ਇੰਟਰਸਟ ਰੇਟ ਕਿੰਨਾ ਲੱਗੇਗਾ, ਕਿਹਨੂੰ ਐਜੂਕੇਸ਼ਨ ਲੋਨ ਲੈਣਾ ਚਾਹੀਦਾ ਅਤੇ ਕਿਹਨੂੰ ਨਹੀਂ ਲੈਣਾ ਚਾਹੀਦਾ, ਏ ਟੂ ਜੈਡ ਐਵਰੀਥਿੰਗ। ਇਸ ਵੀਡੀਓ ਦਾ ਪੂਰਾ ਪ੍ਰੋਸੈਸ ਸਮਝਣ ਲਈ ਆਪਾਂ ਇੰਡੀਆ ਦੇ ਸਭ ਤੋਂ ਵੱਡੇ ਬੈਂਕ SBI ਦਾ ਐਗਜ਼ਾਮਪਲ ਲੈ ਕੇ ਚੱਲਾਂਗੇ। ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕਿਸੇ ਹੋਰ ਵੀਡੀਓ ਨੂੰ ਦੇਖਣ ਦੀ ਜ਼ਰੂਰਤ ਨਾ ਪਵੇ। ਮੈਂ ਆਪਣੀ ਖੁਦ ਦੀ ਐਜੂਕੇਸ਼ਨ ਲਈ ਵੀ SBI ਤੋਂ ਲੋਨ ਲਿਆ ਸੀ, ਇਸ ਲਈ ਮੈਂ ਇਸ ਵੀਡੀਓ ਦੇ ਵਿੱਚ ਆਪਣਾ ਪਰਸਨਲ ਐਕਸਪੀਰੀਅੰਸ ਵੀ ਸ਼ੇਅਰ ਕਰੂੰਗਾ। SBI ਬੇਸਿਕਲੀ 5 ਕੈਟੇਗਰੀਜ਼ ਦੇ ਵਿੱਚ ਐਜੂਕੇਸ਼ਨ ਲੋਨ ਦਿੰਦਾ ਹੈ। ਪਹਿਲੀ ਕੈਟੇਗਰੀ ਉਹ ਬੱਚੇ ਜਿਹੜੇ ਇੰਡੀਆ ਦੇ ਵਿੱਚ ਰਹਿ ਕੇ ਪੜ੍ਹਨਾ ਚਾਹੁੰਦੇ ਆ, ਉਹਨੂੰ SBI ਸਟੂਡੈਂਟ ਲੋਨ ਕਹਿੰਦੇ ਆ। ਦੂਸਰੀ ਕੈਟੇਗਰੀ ਦੇ ਉਹ ਬੱਚੇ ਜਿਹੜੇ ਇੰਡੀਆ ਤੋਂ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ, ਅਤੇ ਇਹਨੂੰ SBI ਗਲੋਬਲ ਐਡਵਾਂਟੇਜ ਸਕੀਮ ਕਿਹਾ ਜਾਂਦਾ। ਹੁਣ ਤੀਸਰੀ ਕੈਟੇਗਰੀ ਹੈ SBI ਸਕਾਲਰ ਸਕੀਮ। ਇਸ ਕੈਟੇਗਰੀ ਦੇ ਵਿੱਚ ਟੌਪ ਦੇ ਕਾਲਜਿਸ ਆਉਂਦੇ ਆ, ਜਿਵੇਂ ਕਿ IIM, IIT ਅਤੇ NITs ਵਗੈਰਾ। ਚੌਥੀ ਕੈਟੇਗਰੀ ਹੈ SBI ਸਕਿੱਲ ਡਿਵੈਲਪਮੈਂਟ ਸਕੀਮ, ਜੋ ਕਿ ਵੋਕੇਸ਼ਨਲ ਕੋਰਸਿਸ ਦੇ ਲਈ ਹੁੰਦੀ ਹੈ। ਅਤੇ ਪੰਜਵੀਂ ਕੈਟੇਗਰੀ ਹੈ SBI ਟੇਕ ਓਵਰ ਲੋਨ ਸਕੀਮ, ਮਤਲਬ ਕਿ ਜੇਕਰ ਤੁਹਾਡਾ ਕੋਈ ਐਗਜ਼ਿਸਟਿੰਗ ਲੋਨ ਚੱਲ ਰਿਹਾ ਹੈ ਤਾਂ SBI ਉਹਨੂੰ ਟੇਕ ਓਵਰ ਕਰ ਲਏਗਾ। ਇਸ ਵੀਡੀਓ ਦੇ ਵਿੱਚ ਆਪਾਂ SBI ਦੀਆਂ ਪਹਿਲੀਆਂ 3 ਸਕੀਮਾਂ ਦੀ ਗੱਲ ਕਰਾਂਗੇ, ਸਟੂਡੈਂਟ ਲੋਨ, ਗਲੋਬਲ ਐਡਵਾਂਟੇਜ ਲੋਨ ਅਤੇ ਸਕਾਲਰ ਲੋਨ, ਕਿਉਂਕਿ ਸਭ ਤੋਂ ਜ਼ਿਆਦਾ ਕਾਮਨ ਟਾਈਪ ਦੇ ਲੋਨਸ ਨੇ ਇਹ, ਅਤੇ ਆਲਮੋਸਟ ਸਾਰੇ ਬੈਂਕਾਂ ਦਾ ਲੋਨ ਪ੍ਰੋਸੈਸ ਹੀ ਸੇਮ ਹੁੰਦਾ ਹੈ। ਅਤੇ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਐਜੂਕੇਸ਼ਨ ਲੋਨ ਦਾ ਪੂਰਾ ਪ੍ਰੋਸੈਸ ਵਧੀਆ ਤਰੀਕੇ ਨਾਲ ਸਮਝ ਆ ਜਾਏਗਾ। ਚਲੋ ਹੁਣ ਸਭ ਤੋਂ ਪਹਿਲਾਂ ਇਹ ਸਮਝ ਲੈਂਦੇ ਵੀ ਐਜੂਕੇਸ਼ਨ ਲੋਨ ਕੰਮ ਕਿਵੇਂ ਕਰਦਾ। ਜੇਕਰ ਤੁਸੀਂ ਆਪਣੀ ਹਾਇਰ ਐਜੂਕੇਸ਼ਨ ਪਰਸ਼ੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਹੋ। ਹਾਇਰ ਐਜੂਕੇਸ਼ਨ ਦੇ ਵਿੱਚ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਵੋਕੇਸ਼ਨਲ ਕੋਰਸਿਸ, ਪਾਰਟ ਟਾਈਮ ਕੋਰਸਿਸ, ਇਹ ਸਾਰਾ ਕੁਝ ਕਵਰਡ ਹੁੰਦਾ। ਅਤੇ ਇਹ ਲੋਨ ਤੁਸੀਂ ਤਾਂ ਹੀ ਲੈ ਸਕਦੇ ਹੋ ਜੇਕਰ ਤੁਹਾਡਾ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਹੋ ਚੁੱਕਿਆ। ਸੌਖੇ ਸ਼ਬਦਾਂ 'ਚ ਦੱਸਾਂ ਤਾਂ ਮੰਨ ਲਓ ਤੁਹਾਡਾ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਹੋ ਗਿਆ, ਹੁਣ ਤੁਸੀਂ ਜਾਂ ਤੁਹਾਡੇ ਪੇਰੈਂਟਸ ਦੇ ਕੋਲ ਐਜੂਕੇਸ਼ਨ ਫੰਡ ਦੇ ਲਈ ਪੈਸੇ ਨਹੀਂ ਹੈ, ਤਾਂ ਤੁਸੀਂ ਵੀ ਕਿਸੇ ਵੀ ਬੈਂਕ ਨੂੰ ਐਜੂਕੇਸ਼ਨ ਲੋਨ ਦੇ ਲਈ ਅਪਰੋਚ ਕਰ ਸਕਦੇ ਹੋ। ਕੁਝ ਸਰਟਨ ਕੰਡੀਸ਼ਨ 'ਤੇ ਬੈਂਕ ਤੁਹਾਨੂੰ ਇੱਕ ਅਮਾਊਂਟ ਸੈਂਕਸ਼ਨ ਕਰ ਦੇਗਾ। ਚਲੋ ਹੁਣ ਇਸ ਤੋਂ ਬਾਅਦ ਇਹ ਵੀ ਸਮਝ ਲੈਂਦੇ ਹਾਂ ਵੀ ਬੈਂਕ ਤੁਹਾਨੂੰ ਮੈਕਸੀਮਮ ਕਿੰਨੇ ਅਮਾਊਂਟ ਤੱਕ ਦਾ ਲੋਨ ਸੈਂਕਸ਼ਨ ਕਰ ਸਕਦੇ ਆ। ਹੁਣ ਜਿਵੇਂ ਮੈਂ ਦੱਸਿਆ ਸੀ ਕਿ SBI ਦੀਆਂ ਬ੍ਰੌਡਲੀ 3 ਸਕੀਮਾਂ ਨੇ, ਅਤੇ ਇਹਦੇ ਵਿੱਚ ਸਭ ਤੋਂ ਪਹਿਲੀ ਸਕੀਮ ਹੈ SBI ਸਟੂਡੈਂਟ ਲੋਨ, ਉੱਥੇ ਤੁਹਾਨੂੰ 20 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ। ਦੂਸਰੀ ਹੈ SBI ਸਕਾਲਰ ਸਕੀਮ, ਜਿੱਥੇ ਕਿ ਤੁਹਾਨੂੰ 40 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ। ਬੇਸਿਕਲੀ ਇਸ SBI ਸਕਾਲਰ ਸਕੀਮ ਦੇ ਵਿੱਚ ਟੌਪ ਦੇ ਕਾਲਜਿਸ ਨੂੰ SBI ਨੇ ਅਲੱਗ ਅਲੱਗ ਕੈਟੇਗਰੀ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, AA, B ਅਤੇ C। AA ਦੇ ਵਿੱਚ ਤੁਹਾਨੂੰ 50 ਲੱਖ ਤੱਕ ਦਾ ਲੋਨ ਮਿਲ ਸਕਦਾ, ਏ ਦੇ ਵਿੱਚ ਤੁਹਾਨੂੰ 40 ਲੱਖ ਤੱਕ ਦਾ ਲੋਨ ਮਿਲ ਸਕਦਾ, ਬੀ ਦੇ ਵਿੱਚ 30 ਲੱਖ ਤੱਕ ਦਾ ਲੋਨ ਮਿਲ ਸਕਦਾ, ਅਤੇ ਸੀ ਦੇ ਵਿੱਚ 7.5 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ। ਇਹਦੀ ਪੂਰੀ ਲਿਸਟ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਅਟੈਚ ਕਰਤੀ ਹੈ, ਤੁਸੀਂ ਯਾਰ ਆਪਣੇ ਫ੍ਰੀ ਟਾਈਮ ਦੇ ਵਿੱਚ ਆਰਾਮ ਨਾਲ ਬੈਠ ਕੇ ਦੇਖ ਸਕਦੇ ਹੋ। ਅਤੇ ਜਿਹੜੀ SBI ਗਲੋਬਲ ਐਡਵਾਂਟੇਜ ਸਕੀਮ ਹੈ, ਉਹਦੇ ਵਿੱਚ ਤੁਹਾਨੂੰ 7.5 ਤੋਂ ਲੈ ਕੇ 1.5 ਕਰੋੜ ਰੁਪਏ ਤੱਕ ਦਾ ਲੋਨ ਮਿਲ ਸਕਦਾ। ਹੁਣ ਇੱਥੇ ਇੱਕ ਚੀਜ਼ ਮੈਂਸ਼ਨ ਕਰਨੀ ਹੋਰ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਤੁਹਾਡੇ ਕਾਲਜ ਦੀ ਟਿਊਸ਼ਨ ਫੀਸ ਨੂੰ ਛੱਡ ਕੇ ਬਾਕੀ ਜਿਹੜੇ ਖਰਚੇ ਨੇ, ਜਿਵੇਂ ਕਿ ਕੰਪਿਊਟਰ, ਐਜੂਕੇਸ਼ਨਲ ਟੂਰਸ, ਹੋਸਟਲ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਤੁਹਾਨੂੰ ਲੋਨ ਮਿਲ ਸਕਦਾ ਹੈ। ਮਤਲਬ ਕਿ ਤੁਸੀਂ ਆਪਣੇ ਕਾਲਜ ਖਰਚੇ ਦੇ 100% ਤੱਕ ਲੋਨ ਸੈਂਕਸ਼ਨ ਕਰਵਾ ਸਕਦੇ ਹੋ। ਬਟ ਕੀ ਸਾਰੀਆਂ ਸਕੀਮਾਂ ਦੇ ਵਿੱਚ ਹੀ ਬੈਂਕ ਤੁਹਾਨੂੰ 100% ਤੱਕ ਦਾ ਲੋਨ ਦੇ ਦੇਣਗੇ? ਬਿਲਕੁਲ ਵੀ ਨਹੀਂ। ਇਹ ਜਿਹੜਾ 100% ਤੱਕ ਦਾ ਲੋਨ ਅਮਾਊਂਟ ਹੈ ਤੁਹਾਨੂੰ ਸਿਰਫ SBI ਸਕਾਲਰ ਸਕੀਮ ਦੇ ਵਿੱਚ ਹੀ ਮਿਲੇਗਾ। SBI ਸਟੂਡੈਂਟ ਲੋਨ ਦੀ ਜੇਕਰ ਗੱਲ ਕਰੀਏ, ਜੇਕਰ ਤੁਹਾਡਾ ਲੋਨ ਉੱਥੇ 4 ਲੱਖ ਰੁਪਏ ਦਾ, ਫਿਰ ਤਾਂ ਤੁਹਾਨੂੰ 100% ਤੱਕ ਅਮਾਊਂਟ ਮਿਲ ਸਕਦਾ। ਬਟ ਜੇਕਰ ਉਸ ਤੋਂ ਉੱਪਰ ਹੈ ਫਿਰ ਤੁਹਾਨੂੰ 95% ਤੱਕ ਦਾ ਹੀ ਲੋਨ ਮਿਲੇਗਾ। 5% ਤੁਹਾਡੇ ਮਾਰਜਨ ਮਨੀ, ਯਾਨੀ ਕਿ ਤੁਹਾਨੂੰ ਖੁਦ ਦਾ ਪੈਸਾ ਰੱਖਣਾ ਪਏਗਾ। ਇਸੇ ਤਰੀਕੇ ਨਾਲ SBI ਗਲੋਬਲ ਐਡਵਾਂਟੇਜ ਦੀ ਗੱਲ ਕਰੀਏ ਤਾਂ ਉੱਥੇ ਤੁਹਾਨੂੰ 15% ਦਾ ਮਾਰਜਨ ਰੱਖਣਾ ਪਏਗਾ। ਅਤੇ ਹੁਣ ਜੇਕਰ ਗੱਲ ਕਰੀਏ ਵਟ ਅਬਾਊਟ ਸਿਕਿਉਰਿਟੀ ਔਰ ਕਲੈਟਰਲ, ਮਤਲਬ ਬੈਂਕਾਂ ਸਾਨੂੰ ਲੋਨ ਦੇਣ ਲੱਗੇ ਬਦਲੇ 'ਚ ਕੁਝ ਮੰਗਦੀਆਂ ਨੇ, ਤਾਂ ਐਜੂਕੇਸ਼ਨ ਲੋਨ ਕੇਸ ਦੇ ਵਿੱਚ ਕੀ ਹੁੰਦਾ? ਇੱਥੇ ਜੇਕਰ SBI ਸਕਾਲਰ ਸਕੀਮ ਦੀ ਗੱਲ ਕਰੀਏ ਤਾਂ ਤੁਹਾਨੂੰ ਕੋਈ ਕਲੈਟਰਲ ਨਹੀਂ ਦੇਣਾ ਪੈਂਦਾ। ਇਨਫੈਕਟ ਜਿਸ ਕਾਲਜ ਦੇ ਵਿੱਚ ਤੁਹਾਡਾ ਐਡਮਿਸ਼ਨ ਹੋਇਆ ਤੁਹਾਨੂੰ ਉਸੇ ਕਾਲਜ ਦੇ ਵਿੱਚ SBI ਦਾ ਕਾਊਂਟਰ ਵੀ ਮਿਲ ਜਾਏਗਾ। ਪਰ ਕਿਸੇ ਕਿਸੇ ਕਾਲਜ ਦੇ ਵਿੱਚ SBI 10% ਰਿਫੰਡੇਬਲ ਕੌਸ਼ਨ ਡਿਪੋਜ਼ਿਟ ਮੰਗਦਾ, ਅਤੇ ਜ਼ਿਆਦਾਤਰ ਕੇਸਿਸ ਦੇ ਵਿੱਚ ਇੱਥੇ ਕਾਲਜ ਹੀ ਹੈਲਪ ਕਰ ਦਿੰਦਾ। ਅਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ SBI ਸਟੂਡੈਂਟ ਲੋਨ ਦੀ, ਤਾਂ ਜੇਕਰ ਤੁਹਾਡਾ ਲੋਨ 7.5 ਲੱਖ ਤੱਕ ਹੈ ਫਿਰ ਤਾਂ ਤੁਹਾਨੂੰ ਕੋਈ ਕਲੈਟਰਲ ਨਹੀਂ ਦੇਣਾ ਪੈਣਾ। ਬਟ ਜੇਕਰ ਅਮਾਊਂਟ ਉਸ ਤੋਂ ਉੱਪਰ ਹੈ ਫਿਰ ਤੁਹਾਡੇ ਪੇਰੈਂਟਸ ਨੂੰ ਕੋ ਬੋਰੋਅਰ ਐਡ ਕੀਤਾ ਜਾਂਦਾ, ਅਤੇ ਉਹਨਾਂ ਨੂੰ ਕੋਈ ਕਲੈਟਰਲ ਜਿਵੇਂ ਕਿ ਘਰ ਦੇ ਜਾਂ ਫਲੈਟ ਦੇ ਕਾਗਜ਼, ਗਵਰਨਮੈਂਟ ਬੌਂਡਸ, LIC ਪਾਲਿਸੀ, ਇੱਦਾਂ ਦੀ ਕੋਈ ਚੀਜ਼ ਨਾਲ ਰੱਖਣੀ ਪਏਗੀ ਜਿਹਦੇ ਕਿ ਲੋਨ ਅਮਾਊਂਟ ਦੀ 110% ਤੱਕ ਵੈਲਿਊ ਹੋਵੇ। ਤਾਂ ਜੇਕਰ ਤੁਸੀਂ ਸਕੀਮ ਦੇ ਵਿੱਚ 10 ਲੱਖ ਦਾ ਲੋਨ ਲੈ ਰਹੇ ਹੋ ਤਾਂ ਤੁਹਾਨੂੰ 11 ਲੱਖ ਰੁਪਏ ਤੱਕ ਦਾ ਕਲੈਟਰਲ ਰੱਖਣਾ ਪਏਗਾ। ਅਤੇ SBI ਗਲੋਬਲ ਐਡਵਾਂਟੇਜ ਸਕੀਮ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕਲੈਟਰਲ ਦੇਣਾ ਹੀ ਪਏਗਾ ਜਿਹਦੀ ਕਿ ਵੈਲਿਊ ਲੋਨ ਅਮਾਊਂਟ ਦੀ 110% ਤੱਕ ਹੋਵੇ।
ਹੁਣ ਇਹਦੇ ਨਾਲ ਨਾਲ ਗੱਲ ਕਰ ਲੈਂਦੇ ਪ੍ਰੋਸੈਸਿੰਗ ਫੀਸ ਦੀ। ਹੁਣ ਜਿਹੜੀ ਐਸ ਬੀ ਆਈ ਸਕਾਲਰ ਸਕੀਮ ਹੈ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ। ਐਸ ਬੀ ਆਈ ਸਟੂਡੈਂਟ ਲੋਨ ਦੀ ਗੱਲ ਕਰੀਏ ਤਾਂ ਜੇਕਰ ਲੋਨ 20 ਲੱਖ ਤੋਂ ਘੱਟ ਹੈ ਤਾਂ ਤੁਹਾਨੂੰ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ, ਅਤੇ ਜੇਕਰ 20 ਲੱਖ ਤੋਂ ਵੱਧ ਹੈ ਤਾਂ ਤੁਹਾਨੂੰ 10,000 ਰੁਪਏ ਪਲੱਸ ਜੀ ਐਸ ਟੀ ਦੀ ਪ੍ਰੋਸੈਸਿੰਗ ਫੀਸ ਲੱਗੇਗੀ। ਐਸ ਬੀ ਆਈ ਗਲੋਬਲ ਐਡਵਾਂਟੇਜ ਲੋਨ ਦੀ ਗੱਲ ਕਰੀਏ ਤਾਂ ਉੱਥੇ ਵੀ ਤੁਹਾਨੂੰ 10,000 ਰੁਪਏ ਪਲੱਸ ਜੀ ਐਸ ਟੀ ਦੀ ਫੀਸ ਲੱਗੇਗੀ। ਹੁਣ ਇੱਥੇ ਬਾਕੀ ਸਾਰੇ ਬੈਂਕਾਂ ਦੇ ਪ੍ਰੋਸੈਸਿੰਗ ਫੀਸ ਤੋਂ ਇਲਾਵਾ ਲੀਗਲ ਚਾਰਜਸ, ਡਾਕੂਮੈਂਟੇਸ਼ਨ ਫੀਸ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਲੱਗ ਤੋਂ ਲਗਾਈਆਂ ਜਾ ਸਕਦੀਆਂ ਨੇ, ਇਸ ਲਈ ਲੋਨ ਲੈਣ ਤੋਂ ਪਹਿਲਾਂ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ। ਐਸ ਬੀ ਆਈ ਦੇ ਵਿੱਚ ਤੁਹਾਨੂੰ ਅਰਲੀ ਰੀਪੇਮੈਂਟ 'ਤੇ ਵੀ ਕੋਈ ਫੀਸ ਨਹੀਂ ਲੱਗਦੀ। ਜ਼ਿਆਦਾਤਰ ਜਿਹੜੇ ਪੀ ਐੱਸ ਯੂ ਬੈਂਕ ਆ ਉਹਨਾਂ ਦੇ ਵਿੱਚ ਅਕਸਰ ਹੀ ਕੋਈ ਫੀਸ ਨਹੀਂ ਲੱਗਦੀ, ਪਰ ਜਿਹੜੇ ਪ੍ਰਾਈਵੇਟ ਸੈਕਟਰ ਬੈਂਕ ਹੈ ਉਹਨਾਂ ਦੇ ਵਿੱਚ ਇਹ ਫੀਸ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਗੱਲ ਕਰ ਲੈਂਦੇ ਇੰਟਰਸਟ ਰੇਟ ਦੀ। ਹੁਣ ਵੈਸੇ ਤਾਂ ਇੰਟਰਸਟ ਰੇਟ 'ਤੇ ਕੋਈ ਵੀ ਕਮੈਂਟ ਕਰਨਾ ਕਾਫੀ ਰਿਸਕੀ ਹੈ ਕਿਉਂਕਿ ਹਰ 2-3 ਮਹੀਨੇ ਬਾਅਦ ਚੇਂਜ ਹੋ ਜਾਂਦਾ, ਬਟ ਫਿਰ ਵੀ ਮੈਂ ਤੁਹਾਨੂੰ ਅੱਜ ਦਾ ਸਿਨੈਰੀਓ ਦੱਸ ਦਿੰਦਾ ਜਿਹਦੇ ਨਾਲ ਤੁਹਾਨੂੰ ਇੱਕ ਬੇਸਿਕ ਜਿਹਾ ਆਈਡੀਆ ਹੋ ਜਾਏਗਾ। ਐਸ ਬੀ ਆਈ ਸਟੂਡੈਂਟ ਲੋਨ ਦੀ ਗੱਲ ਕਰੀਏ ਤਾਂ ਉੱਥੇ ਤੁਹਾਨੂੰ 11.15% ਦਾ ਵਿਆਜ ਲੱਗੇਗਾ। ਐਸ ਬੀ ਆਈ ਸਕਾਲਰ ਸਕੀਮ ਦੀ ਗੱਲ ਕਰੀਏ ਤਾਂ ਉੱਥੇ ਤੁਹਾਨੂੰ 8.55% ਤੋਂ ਲੈ ਕੇ 9.65% ਦਾ ਵਿਆਜ ਲੱਗੇਗਾ। ਇੱਥੇ ਜੇਕਰ ਤੁਹਾਡਾ ਡਬਲ ਏ ਕੈਟਾਗਰੀ ਦੇ ਕਾਲਜ ਦੇ ਵਿੱਚ ਐਡਮਿਸ਼ਨ ਹੁੰਦਾ ਤਾਂ ਤੁਹਾਨੂੰ 8.55% ਦਾ ਵਿਆਜ ਲੱਗੇਗਾ, ਅਤੇ ਜੇਕਰ ਸੀ ਕੈਟਾਗਰੀ ਦੇ ਕਾਲਜ ਦੇ ਵਿੱਚ ਐਡਮਿਸ਼ਨ ਹੁੰਦਾ ਤਾਂ 9.65% ਦਾ ਵਿਆਜ ਲੱਗੇਗਾ, ਅਤੇ ਜੇਕਰ ਐਸ ਬੀ ਆਈ ਗਲੋਬਲ ਐਡਵਾਂਟੇਜ ਦੀ ਗੱਲ ਕਰੀਏ ਤਾਂ ਉੱਥੇ ਵੀ ਤੁਹਾਨੂੰ 11.15% ਦਾ ਵਿਆਜ ਲੱਗੇਗਾ ਐਸ ਬੀ ਆਈ ਸਟੂਡੈਂਟ ਲੋਨ ਦੀ ਤਰ੍ਹਾਂ। ਅਤੇ ਇੱਥੇ ਇੱਕ ਚੀਜ਼ ਹੋਰ ਮੈਂਸ਼ਨ ਕਰਦਾ, ਕਾਫੀ ਸਾਰੇ ਬੈਂਕ ਜਿਵੇਂ ਕਿ ਐਸ ਬੀ ਆਈ ਉਹ ਗਰਲ ਚਾਈਲਡ ਨੂੰ 0.5% ਦਾ ਕਨਸੈਸ਼ਨ ਦਿੰਦੇ ਇਸ ਵਿਆਜ 'ਤੇ, ਸੋ ਜਦੋਂ ਵੀ ਨੈਗੋਸ਼ੀਏਟ ਕਰਨ ਜਾਓ ਇਹ ਸਾਰੀਆਂ ਚੀਜ਼ਾਂ ਚੈੱਕ ਕਰਨੀਆਂ ਨਹੀਂ ਭੁੱਲਣੀਆਂ। ਅਤੇ ਇੱਕ ਚੀਜ਼ ਹੋਰ, ਇਹ ਜਿਹੜਾ ਇੰਟਰਸਟ ਰੇਟ ਹੈ ਫਲੋਟਿੰਗ ਹੈ, ਫਿਕਸ ਨਹੀਂ ਹੈ, ਮਤਲਬ ਜਿਵੇਂ ਜਿਵੇਂ ਆਰ ਬੀ ਆਈ ਦੇ ਰੈਪੋ ਰੇਟ ਘਟਣਗੇ ਤੁਹਾਡਾ ਇੰਟਰਸਟ ਰੇਟ ਵੀ ਘਟੇਗਾ। ਹੁਣ ਇਹ ਦੇਖ ਲੈਂਦੇ ਵੀ ਤੁਹਾਨੂੰ ਕਿੰਨੇ ਟਾਈਮ ਤੱਕ ਦਾ ਲੋਨ ਮਿਲੇਗਾ ਅਤੇ ਇਹ ਡਿਸਬਰਸਮੈਂਟ ਕਿਵੇਂ ਹੋਏਗਾ। ਸੋ ਪਹਿਲਾਂ ਆਪਾਂ ਡਿਸਬਰਸਮੈਂਟ ਹੀ ਸਮਝ ਲੈਂਦੇ ਹਾਂ, ਆਪਾਂ ਟਾਈਮ ਕਿੰਨਾ ਮਿਲੇਗਾ ਉਹ ਬਾਅਦ 'ਚ ਦੇਖਾਂਗੇ। ਮੰਨ ਲਓ ਤੁਸੀਂ 2 ਸਾਲ ਦੀ ਐਮ ਬੀ ਕਰ ਰਹੇ ਹੋ, ਹੁਣ ਐਮ ਬੀ ਏ ਦੇ ਵਿੱਚ ਸਮੈਸਟਰ ਸਿਸਟਮ ਹੈ, ਮਤਲਬ ਕਿ ਹਰ 6 ਮਹੀਨੇ ਬਾਅਦ ਤੁਹਾਡੇ ਕਾਲਜ ਦੀ ਫੀਸ ਜਾਣੀ ਹੁੰਦੀ ਹੈ, ਤਾਂ ਜਿਵੇਂ ਤੁਸੀਂ ਲੋਨ ਸੈਕਸ਼ਨ ਕਰਵਾ ਲਓਗੇ ਤਾਂ ਬੈਂਕ ਤੁਹਾਡੇ ਪਹਿਲੇ ਸਮੈਸਟਰ ਦੀ ਫੀਸ ਤੁਹਾਡੇ ਕਾਲਜ ਨੂੰ ਡਿਸਬਰਸ ਕਰ ਦੇਗਾ ਅਤੇ ਤੁਹਾਡਾ ਵਿਆਜ ਲੱਗਣਾ ਸ਼ੁਰੂ ਹੋ ਜਾਏਗਾ। ਉਸ ਤੋਂ ਬਾਅਦ 6 ਮਹੀਨੇ ਬਾਅਦ ਤੁਹਾਡੇ ਸੈਕਿੰਡ ਸਮੈਸਟਰ ਦੀ ਫੀਸ ਵੀ ਡਿਸਬਰਸ ਹੋ ਜਾਏਗੀ। ਇਸ ਤਰੀਕੇ ਨਾਲ ਤੁਹਾਡਾ ਜਿਹੜਾ ਲੋਨ ਹੈ ਉਹ 4 ਕਿਸ਼ਤਾਂ ਦੇ ਵਿੱਚ ਡਿਸਬਰਸ ਹੋਏਗਾ ਅਤੇ ਤੁਹਾਡਾ ਕੋਰਸ ਖਤਮ ਹੋਣ ਤੋਂ ਬਾਅਦ ਬੈਂਕ ਤੁਹਾਨੂੰ 1 ਸਾਲ ਤੱਕ ਦਾ ਟਾਈਮ ਦਿੰਦਾ ਹੈ ਅਤੇ ਇਹਨੂੰ ਮੋਰੀਟੋਰੀਅਮ ਬੋਲਦੇ ਆ। ਇਹਦੇ ਵਿੱਚ ਬੈਂਕ ਤੁਹਾਨੂੰ ਟਾਈਮ ਦਿੰਦਾ ਵੀ ਜੇਕਰ ਤੁਹਾਡੀ ਨੌਕਰੀ ਕਾਲਜ ਤੋਂ ਨਹੀਂ ਲੱਗੀ ਤਾਂ ਤੁਸੀਂ ਉਸ ਤੋਂ ਬਾਅਦ 1 ਸਾਲ ਦੇ ਵਿੱਚ ਆਪਣੀ ਨੌਕਰੀ ਲੱਭ ਕੇ ਲੋਨ ਪੇਮੈਂਟ ਕਰਨਾ ਸ਼ੁਰੂ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਮੋਰੀਟੋਰੀਅਮ ਪੀਰੀਅਡ ਦੇ ਵਿੱਚ ਕੋਈ ਕਿਸ਼ਤ ਨਹੀਂ ਭਰਦੇ ਤਾਂ ਤੁਹਾਨੂੰ ਕੋਈ ਪੈਨਲਟੀ ਨਹੀਂ ਲੱਗਦੀ। ਇਸ ਪੂਰੇ ਟਾਈਮ ਪੀਰੀਅਡ ਯਾਨੀ ਕਿ ਤੁਹਾਡਾ ਕੋਰਸ ਪੀਰੀਅਡ ਅਤੇ ਮੋਰੀਟੋਰੀਅਮ ਟਾਈਮ, ਇਹਦੇ ਵਿੱਚ ਬੈਂਕ ਤੁਹਾਨੂੰ ਸਿੰਪਲ ਇੰਟਰਸਟ ਲਾਉਂਦਾ ਅਤੇ ਇਸ ਚੀਜ਼ ਤੋਂ ਬਾਅਦ ਬੈਂਕ ਤੁਹਾਨੂੰ ਕੰਪਾਊਂਡ ਇੰਟਰਸਟ ਲਗਾਉਣਾ ਸ਼ੁਰੂ ਕਰ ਦਿੰਦਾ ਹੈ। ਤੁਹਾਡਾ ਜਿਹੜਾ ਕੋਰਸ ਪੀਰੀਅਡ ਹੈ ਪਲੱਸ ਤੁਹਾਡਾ ਜਿਹੜਾ ਮੋਰੀਟੋਰੀਅਮ ਟਾਈਮ ਹੈ, ਉਸ ਤੋਂ ਬਾਅਦ ਐਸ ਬੀ ਆਈ ਤੁਹਾਨੂੰ 15 ਸਾਲ ਤੱਕ ਦਾ ਟਾਈਮ ਦਿੰਦਾ ਆਪਣਾ ਲੋਨ ਚੁਕਾਉਣ ਦੇ ਲਈ। ਅਤੇ ਇੱਥੇ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗਾ ਕਿ ਜਿਹੜਾ ਮੋਰੀਟੋਰੀਅਮ ਪੀਰੀਅਡ ਦੇ ਵਿੱਚ ਤੁਹਾਨੂੰ ਇੰਟਰਸਟ ਲੱਗਿਆ ਹੁੰਦਾ ਉਹਨੂੰ ਤੁਸੀਂ ਵੇਵ ਆਫ ਕਰਵਾ ਸਕਦੇ ਹੋ। ਇਹਦੇ ਲਈ ਸਰਕਾਰ ਦੀ ਇੱਕ ਸਕੀਮ ਹੈ ਐਜੂਕੇਸ਼ਨ ਲੋਨ ਸਬਸਿਡੀ ਸਕੀਮ, ਬਟ ਇਹ ਸਿਰਫ ਉਹਨਾਂ ਲੋਕਾਂ ਲਈ ਵੈਲਿਡ ਹੈ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਅੰਡਰ ਹੁੰਦੇ ਆ, ਜਿਨ੍ਹਾਂ ਦੀ ਕਿ ਐਨੂਅਲ ਫੈਮਿਲੀ ਇਨਕਮ 4.5 ਲੱਖ ਤੋਂ ਘੱਟ ਹੈ, ਅਤੇ ਜਿਹੜੇ ਲੋਕ ਸਟੱਡੀਜ਼ ਦੇ ਲਈ ਅਬਰੋਡ ਜਾ ਰਹੇ ਆ ਉਹ ਇਸ ਸਕੀਮ ਦੇ ਅੰਡਰ ਵੈਲਿਡ ਨਹੀਂ ਹੁੰਦੇ। ਹੁਣ ਇੱਥੋਂ ਤੱਕ ਆਉਂਦੇ ਆਉਂਦੇ ਅਸੀਂ ਐਜੂਕੇਸ਼ਨ ਲੋਨ ਦੇ ਆਲਮੋਸਟ ਹਰ ਇੱਕ ਪਹਿਲੂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰ ਲਿਆ ਅਤੇ ਸਾਡੀ ਬਹੁਤ ਸਾਰੀ ਮਿਹਨਤ ਲੱਗੀ ਹੈ ਇੰਨੀ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਲਿਆਉਣ ਲੱਗੀ। ਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਇੱਕ ਛੋਟਾ ਜਿਹਾ ਕਮੈਂਟ ਕਰ ਦਿਓ, ਦਿਸ ਇਜ਼ ਦਾ ਬੈਸਟ ਵੀਡੀਓ ਔਨ ਐਜੂਕੇਸ਼ਨ ਲੋਨ, ਸਾਡੀ ਸਾਰੀ ਮਿਹਨਤ ਸਕਸੈਸਫੁਲ ਹੋ ਜਾਏਗੀ। ਇੱਥੇ ਮੈਂ ਤੁਹਾਨੂੰ 2-3 ਟ੍ਰਿਕਸ ਹੋਰ ਦੱਸਣਾ ਚਾਹੁੰਦਾ ਜੋ ਐਜੂਕੇਸ਼ਨ ਲੋਨ ਦੇ ਰਿਲੇਟਡ ਹੈ ਜੋ ਤੁਸੀਂ ਹੋਰ ਕਿਤੇ ਨਹੀਂ ਸੁਣੀਆਂ ਹੋਣਗੀਆਂ। ਪਹਿਲੀ ਟ੍ਰਿਕ ਇਹ ਹੈ ਕਿ ਕਾਫੀ ਸਾਰੇ ਬੈਂਕ ਇਸ ਐਜੂਕੇਸ਼ਨ ਲੋਨ ਦੇ ਨਾਲ ਨਾ ਤੁਹਾਨੂੰ ਇੱਕ ਲੋਨ ਇੰਸ਼ੋਰੈਂਸ ਚਿਪਕਾਉਣ ਦੀ ਕੋਸ਼ਿਸ਼ ਕਰਦੇ ਆ, ਤੁਹਾਨੂੰ ਇਹ ਕਹਿ ਕੇ ਇਹ ਇੰਸ਼ੋਰੈਂਸ ਵੇਚ ਦਿੱਤੀ ਜਾਂਦੀ ਹੈ ਵੀ ਜੇ ਕੱਲ੍ਹ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਤੁਹਾਡੀਆਂ ਕਿਸ਼ਤਾਂ ਕੌਣ ਭਰੇਗਾ। ਇਹ ਇੰਸ਼ੋਰੈਂਸ ਲੈਣਾ ਬਿਲਕੁਲ ਵੀ ਕੰਪਲਸਰੀ ਨਹੀਂ ਹੈ, ਤੁਸੀਂ 100% ਇਸ ਇੰਸ਼ੋਰੈਂਸ ਨੂੰ ਲੈਣ ਤੋਂ ਮਨਾ ਕਰ ਸਕਦੇ ਹੋ। ਦੂਸਰੀ ਟ੍ਰਿਕ ਇਹ ਹੈ ਕਿ ਜਿੰਨਾ ਮੈਕਸੀਮਮ ਹੋ ਸਕਦਾ ਨਾ, ਜਿੰਨਾ ਮੈਕਸੀਮਮ ਪੋਸੀਬਲ ਹੈ ਉਹਨਾਂ ਲੋਨ ਸੈਂਕਸ਼ਨ ਕਰਵਾਓ। ਲੋਨ ਦਾ ਜਿਹੜਾ ਇੰਟਰਸਟ ਹੁੰਦਾ ਉਹ ਡਿਸਬਰਸਮੈਂਟ 'ਤੇ ਲੱਗਦਾ, ਸੈਂਕਸ਼ਨ 'ਤੇ ਨਹੀਂ ਲੱਗਦਾ। ਜਿੰਨੀ ਜ਼ਿਆਦਾ ਤੁਹਾਨੂੰ ਹਾਇਰ ਸੈਂਕਸ਼ਨ ਵੈਲਿਊ ਮਿਲੇਗੀ ਉਨੀ ਤੁਹਾਡੇ ਕੋਲ ਜ਼ਿਆਦਾ ਫਲੈਕਸੀਬਿਲਟੀ ਰਹੇਗੀ। ਤੀਸਰੀ ਟ੍ਰਿਕ ਇਹ ਹੈ ਵੀ ਬੇਸ਼ੱਕ ਤੁਹਾਡੇ ਕੋਲ ਜਾਂ ਤੁਹਾਡੇ ਪੇਰੈਂਟਸ ਕੋਲ ਤੁਹਾਡੇ ਕਾਲਜ ਦੀ ਫੀਸ ਹੈਗੀ ਹੈ, ਸਟਿਲ ਤੁਹਾਨੂੰ ਇੱਕ ਐਜੂਕੇਸ਼ਨ ਲੋਨ ਲੈਣਾ ਚਾਹੀਦਾ ਜੋ ਕਿ ਘੱਟੋ ਘੱਟ 8 ਸਾਲ ਦਾ ਹੋਵੇ। ਇਹਦੇ ਨਾਲ ਤੁਹਾਨੂੰ ਸੈਕਸ਼ਨ 80E ਦੇ ਅੰਡਰ ਕਾਫੀ ਸਾਰਾ ਟੈਕਸ ਬੈਨੀਫਿਟ ਮਿਲ ਜਾਏਗਾ। ਇਹ ਟੈਕਸ ਬੈਨੀਫਿਟ ਤੁਹਾਨੂੰ 8 ਸਾਲਾਂ ਤੱਕ ਮਿਲੇਗਾ ਅਤੇ ਇਹਦੀ ਕੋਈ ਵੀ ਅਪਰ ਲਿਮਿਟ ਨਹੀਂ ਹੈ।
ਜੇਕਰ ਤੁਸੀਂ 20 ਤੋਂ 30% ਵਾਲੀ ਬ੍ਰੈਕਟ ਚਾਹੁੰਦੇ ਹੋ ਤਾਂ ਤੁਹਾਡਾ ਇਫੈਕਟਿਵ ਜਿਹੜਾ ਇੰਟਰਸਟ ਰੇਟ ਆ ਉਹ 7% ਤੋਂ ਘੱਟ ਜਾਏਗਾ ਇਸ ਟੈਕਸ ਬੈਨੀਫਿਟ ਦੇ ਨਾਲ। ਜਿਹੜੇ 30% ਵਾਲੀ ਬ੍ਰੈਕਟ ਚਾਹੁੰਦੇ ਆ ਉਹਨਾਂ ਦਾ ਇੰਟਰਸਟ ਰੇਟ ਰਹੀ 6% ਜਾਏਗਾ ਇਫੈਕਟਿਵਲੀ। ਅਤੇ ਇੰਨਾ ਸਸਤਾ ਲੋਨ ਤਾਂ ਇੰਡੀਆ ਦੇ ਵਿੱਚ ਤੁਹਾਨੂੰ ਕਿਤੇ ਮਿਲਣਾ ਹੀ ਨਹੀਂ। ਸੋ ਦੈਟਸ ਇਟ। ਜੇਕਰ ਵੀਡੀਓ ਪਸੰਦ ਆਈ ਤਾਂ ਇੱਕ ਵਧੀਆ ਜਿਹਾ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ। ਸਾਡੀ ਬਹੁਤ ਮਿਹਨਤ ਲੱਗਦੀ ਹੈ ਅਤੇ ਤੁਹਾਡੇ ਕਮੈਂਟਾਂ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕਿਫਾਇਤੀ।